ਬੜੀ ਮੰਦਭਾਗੀ ਗੱਲ ਹੈ ਜਿਹੜੀ ਕਲੋਜ਼ ਰਿਪੋਰਟ ਦਿੱਤੀ ਹੈਗੀ ਹੈ। ਇੱਥੋਂ ਪਤਾ ਲੱਗਦਾ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਬੇਅਦਬੀ ਮਾਮਲੇ ਦੇ ਉੱਤੇ ਉਹ ਬਹੁਤੀਆਂ ਸੰਸੀਅਰ ਨਹੀਂ, ਸੰਜੀਦਾ ਨਹੀਂ ਹੈ, ਚਾਹੇ ਉਹ ਪੰਜਾਬ ਸਰਕਾਰ ਹੈ ਅਤੇ ਚਾਹੇ ਉਹ ਭਾਰਤ ਸਰਕਾਰ ਹੈ। ਅਤੇ ਕਿਤੇ ਨਾ ਕਿਤੇ CBI ਵੱਲੋਂ ਜਿਹੜੀ ਕਲੋਜ਼ ਰਿਪੋਰਟ ਦਿੱਤੀ ਹੈ, ਇਹਦਾ ਮਾਮਲਾ ਜਿਹੜਾ ਹੈ ਉਹ ਸਿਆਸਤ ਨਾਲ ਜੁੜਿਆ ਲੱਗਦਾ। ਹਰਿਆਣੇ ਦੇ ਵਿੱਚ ਅਗਲੇ ਸਾਲ ਇਲੈਕਸ਼ਨ ਆ ਰਹੇ ਨੇ, ਸ਼ਾਇਦ ਐਸੇ ਸਾਲ ਆ ਰਹੇ ਨੇ ਵਿਧਾਨ ਸਭਾ ਦੇ। ਇਹ ਵੀ ਸੁਣਨ 'ਚ ਆ ਰਿਹਾ ਕਿ ਉਹ ਸੌਦਾ ਸਾਹਿਬ ਨੂੰ ਬੇਲ ਦੇਣ ਦੀਆਂ ਤਿਆਰੀਆਂ ਜਾਂ ਉਹਨਾਂ ਨੂੰ ਪੈਰੋਲ ਦੇਣ ਦੀਆਂ ਤਿਆਰੀਆਂ ਜਿਹੜੀਆਂ ਹੋ ਰਹੀਆਂ। ਅਤੇ ਜੇ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਤਾਂ ਹਰਿਆਣੇ ਦੇ ਸਿੱਖਾਂ ਨੂੰ ਵੀ ਇੱਕਜੁੱਟ ਹੋ ਕੇ ਸੋਚਣਾ ਚਾਹੀਦਾ ਅਤੇ ਇਹਦਾ ਵਿਰੋਧ ਜਿਹੜਾ ਕਰਨਾ ਚਾਹੀਦਾ। ਕਿਸੇ ਵੀ ਕਿਸਮ ਦੀ ਪੈਰੋਲ ਨਹੀਂ ਮਿਲਣੀ ਚਾਹੀਦੀ ਔਰ ਨਾ ਹੀ ਬੇਲ ਮਿਲਣੀ ਚਾਹੀਦੀ ਹੈ। ਜਿਹੜੀ CBI ਨੇ ਕਲੋਜ਼ ਰਿਪੋਰਟ ਦਿੱਤੀ ਹੈ ਇਹ ਬੇਹੱਦ ਜਿਹੜਾ ਇਹ ਮੰਦਭਾਗਾ ਹੈ। ਅਤੇ ਚਾਹੀਦਾ ਇਹ ਹੈ ਕਿ ਹੁਣ ਪੰਜਾਬ ਸਰਕਾਰ ਨੂੰ ਜਾਂ ਸਾਰੀਆਂ ਜਿਹੜੀਆਂ ਸਿੱਖਾਂ ਦੀਆਂ ਧਿਰਾਂ ਉਹਨਾਂ ਨੂੰ ਕਿ ਉਹ ਕੇਂਦਰ ਸਰਕਾਰ ਨੂੰ ਕਹਿ ਕੇ ਅਤੇ ਇਹਦੀ ਜਾਂਚ ਜਿਹੜੀ ਹੈ ਮੁੜ ਪ੍ਰਾਰੰਭ ਕਰਵਾਉਣ। ਦੋਸ਼ੀ ਜਿਹੜੇ ਆ ਸਾਹਮਣੇ ਜਿਹੜੇ ਆ ਆਉਣੇ ਬੜੇ ਜ਼ਰੂਰੀ ਹੈ। ਸਿੱਖ ਪੰਥ ਦੀ ਮੰਗ ਹੈ ਕਿ ਜੋ ਵੀ ਬੇਅਦਬੀ ਦੇ ਦੋਸ਼ੀ ਹੈ ਉਹ ਸਾਹਮਣੇ ਆਉਣੇ ਚਾਹੀਦੇ ਹੈ, ਸਾਹਮਣੇ ਨਹੀਂ ਆਉਣੇ ਚਾਹੀਦੇ ਬਲਕਿ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ। ਬਿਊਰੋ ਰਿਪੋਰਟ, ਆਵਾਜ਼ ਕੌਮ TV।